ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੋਂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 1 ਦੇ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਫਿਲਾਸਫੀ ਸਬਜੈਕਟ ਦੇ ਜਿਹੜੇ ਕਿ ਇੰਪੋਰਟੈਂਟ ਕੁਐਸਚਨ ਲੈ ਕੇ ਆਇਆ ਸਟੂਡੈਂਟਸ ਆਪਾਂ ਇੰਪੋਰਟੈਂਟ ਕੁਐਸਚਨਸ ਪਾਰਟ A B C D ਦੇ ਚਾਰਾਂ ਪੋਰਸ਼ਨ ਦੇ ਵਿੱਚ ਜਿਹੜੇ ਇੰਪੋਰਟੈਂਟ ਕੁਐਸਚਨ ਬਣ ਰਹੇ ਉਹ ਤੁਹਾਡੇ ਲਈ ਲੈ ਕੇ ਆਇਆ ਤੇ ਸਟੂਡੈਂਟਸ ਨਾਲ ਦੇ ਨਾਲ ਆਪਾਂ ਤੁਹਾਨੂੰ ਜਿਹੜੇ ਕਿ ਪਾਸਿੰਗ ਫਾਰਮੂਲਾ ਤੇ ਤੁਹਾਨੂੰ ਸਿਲੇਬਸ ਵੀ ਦੱਸਾਂਗੇ ਠੀਕ ਹੈ ਤਿੰਨੋ ਚੀਜ਼ ਆਪਾਂ ਇਸ ਵੀਡੀਓ ਚ ਕਰਾਂਗੇ ਸੋ ਕੁਐਸਚਨ ਕਰਨ ਤੋਂ ਪਹਿਲਾਂ ਕਿਹੜੇ ਕਿਹੜੇ ਇੰਪੋਰਟੈਂਟ ਕੁਐਸਚਨ ਨੇ ਇਹਨਾਂ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਇੱਕ ਵਾਰ ਸਿਲੇਬਸ ਜ਼ਰੂਰ ਦੇਖ ਲਈਏ ਠੀਕ ਹੈ ਹਾਂਜੀ ਸਟੂਡੈਂਟਸ ਤੁਹਾਡਾ ਜਿਹੜਾ ਕਿ ਇਹ ਇਗਜ਼ਾਮ ਆ 90 ਮਾਰਕਸ ਦਾ ਹੋਣਾ ਤੇ 90 ਮਾਰਕਸ ਦੇ ਵਿੱਚ ਤੁਹਾਨੂੰ ਪਾਸਿੰਗ ਮਾਰਕਸ ਚਾਹੀਦੇ ਨੇ 32 ਠੀਕ ਹੈ 32 ਅੰਕ ਚਾਹੀਦੇ ਨੇ ਤੁਹਾਨੂੰ ਪਾਸ ਹੋਣ ਦੇ ਲਈ ਤੋਂ ਪਾਸਿੰਗ ਫਾਰਮੂਲਾ ਜੇ ਆਪਾਂ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਤੁਸੀਂ ਸ਼ਾਰਟ ਕੁਐਸਚਨ ਨਹੀਂ ਛੱਡਣੇ ਹੈਗੇ ਸ਼ਾਰਟ ਕੁਐਸ਼ਨਸ ਹੈਗੇ ਨੇ ਤੁਹਾਡੇ ਜਿਹੜੇ ਕੀ ਸ਼ਾਰਟ ਕੁਐਸ਼ਨ ਤੁਹਾਨੂੰ 15 ਦੇ ਵਿੱਚੋਂ 15 ਆਉਣਗੇ 15 ਦੇ ਵਿੱਚੋਂ ਤੁਸੀਂ ਕੋਈ 9 ਕੁਐਸ਼ਨਾਂ ਦੇ ਅੰਤਰ ਦੇਣੇ ਹੋਣਗੇ ਸ਼ਾਰਟ ਠੀਕ ਹੈ ਸ਼ਾਰਟ ਕੁਐਸ਼ਨ ਤੁਹਾਨੂੰ 15 ਆਉਣਗੇ 15 ਦੇ ਵਿੱਚੋਂ ਯੂ ਕੈਨ ਅਟੈਂਪਟ ਐਨੀ 9 ਹਰ 2 2 ਮਾਰਕਸ ਦਾ ਕੁਐਸ਼ਨ ਹੋਗਾ 18 ਅੰਕ ਇੱਥੇ ਹੋਵੇ ਠੀਕ ਹੈ ਸੋ ਦੈਨ ਉਸ ਤੋਂ ਬਾਅਦ ਤੁਹਾਡੇ ਬਣੇ ਹੋਣਾ ਪਾਰਟ A B ਯੂਨਿਟ 1 2nd 3rd ਐਂਡ 4th ਚਾਰ ਯੂਨਿਟ ਨੇ ਚਾਰ ਯੂਨਿਟਾਂ ਦੇ ਵਿੱਚੋਂ ਜੇ ਤੁਸੀਂ ਦੋ ਯੂਨਿਟ ਵੀ ਕਵਰ ਕਰ ਲਏ ਠੀਕ ਹੈ ਜੇ ਤੁਸੀਂ 4 ਯੂਨਿਟਾਂ ਦੇ ਵਿੱਚੋਂ 2 ਯੂਨਿਟ ਵੀ ਕਵਰ ਕਰ ਲਏ ਤੇ ਸ਼ਾਰਟ ਸਾਰੇ ਚੈਪਟਰਾਂ ਦੇ ਕਰ ਲਏ ਤਾਂ ਤੁਸੀਂ ਆਰਾਮ ਨਾਲ ਪਾਸ ਹੋ ਕਿਉਂਕਿ ਸ਼ਾਰਟ ਕੁਐਸਚਨ ਤੇ 2 ਯੂਨਿਟ ਰਲਾ ਕੇ ਜਿਹੜੇ ਕਿ 54 ਮਾਰਕਸ ਬੰਦੇ ਨੇ 54 ਦੇ ਵਿੱਚ ਤੁਹਾਡੇ 32 ਮਾਰਕਸ ਆਰਾਮ ਨਾਲ ਆਉਣਗੇ ਐਨ ਆਰਾਮ ਨਾਲ ਠੀਕ ਹੈ ਮਤਲਬ ਕਿ ਇਹ ਤੁਹਾਡਾ ਪਾਸਿੰਗ ਫਾਰਮੂਲਾ ਹੋ ਗਿਆ ਕਿ ਤੁਸੀਂ ਸ਼ਾਰਟ ਕੁਐਸਚਨ 올 ਚੈਪਟਰਸ ਦੇ 올 ਚੈਪਟਰਸ ਦੇ ਤੁਸੀਂ ਸ਼ਾਰਟ ਕੁਐਸਚਨ ਕਰੋ ਠੀਕ ਹੈ ਸ਼ਾਰਟ ਕੁਐਸਚਨਸ 올 ਚੈਪਟਰਸ ਦੇ ਫਿਰ ਯੂਨਿਟ 1 2nd 3rd ਐਂਡ 4th ਜਿਹੜੇ ਚਾਰ ਯੂਨਿਟਸ ਚਾਰ ਯੂਨਿਟਸ ਤੁਸੀਂ ਦੋ ਯੂਨਿਟ ਕਰ ਸਕਦੇ ਹੋ ਠੀਕ ਹੈ ਅਗਰ ਤੁਸੀਂ ਸਾਰੇ ਯੂਨਿਟ ਕਰਨਾ ਚਾਹਤੋ ਤਾਂ ਬਹੁਤ ਵਧੀਆ ਗੱਲ ਆ ਉਹਨਾਂ ਲਈ ਵੀ ਆਪਾਂ ਕੁਐਸਚਨ ਲੈ ਕੇ ਆਇਆ ਠੀਕ ਹੈ ਤੇ ਤੁਹਾਡੇ ਯੂਨਿਟ 1 ਦੇ ਵਿੱਚ ਕਿਹੜੇ-ਕਿਹੜੇ ਚੈਪਟਰਸ ਨੇ ਤੁਸੀਂ ਦੇਖ ਸਕਦੇ ਹੋ ਨੇਚਰ ਆਫ ਫਿਲਾਸਫੀ ਠੀਕ ਹੈ ਜਿਵੇਂ ਇਹਦੇ ਵਿੱਚ ਹਰ ਯੂਨਿਟ ਚ ਤਿੰਨ-ਤਿੰਨ ਚੈਪਟਰ ਨੇ ਹਰ ਯੂਨਿਟ ਚ ਤਿੰਨ-ਤਿੰਨ ਚੈਪਟਰ ਨੇ ਤੁਸੀਂ ਇੱਕ-ਇੱਕ ਚੈਪਟਰ ਛੱਡ ਕੇ ਦੋ-ਦੋ ਚੈਪਟਰ ਕਰ ਸਕਦੇ ਹੋ ਠੀਕ ਜਿਵੇਂ ਕਿ ਇਹਦੇ ਵਿੱਚ ਫਰਸਟ ਚੈਪਟਰ ਨੇਚਰ ਆਫ ਫਿਲਾਸਫੀ ਇਹ ਤਾਂ ਬਹੁਤ ਈਜ਼ੀ ਹੋਗਾ ਨੇਚਰ ਆਫ ਫਿਲਾਸਫੀ ਕਰ ਲੋ ਉਸ ਤੋਂ ਬਾਅਦ ਜਾਂ ਤਾਂ ਮੈਥਡਸ ਆਫ ਫਿਲਾਸਫੀ ਕਰ ਲੋ ਮੈਥਡਸ ਵਾਲਾ ਕਰ ਲੋ ਕ੍ਰਿਟੀਕਲ ਤੇ ਰਿਫਲੈਕਟਿਵ ਅਪਰੋਚਸ ਜਾਂ ਤਾਂ ਆਹ ਵਾਲਾ ਚੈਪਟਰ ਕਰ ਲੋ ਜਾਂ ਪ੍ਰੋਬਲਮਸ ਵਾਲਾ ਕਰ ਲੋ ਠੀਕ ਹੈ ਪ੍ਰੋਬਲਮਸ ਆਫ ਫਿਲਾਸਫੀ ਵਿਦ ਅ ਸਪੈਸ਼ਲ ਫੋਕਸ ਔਨ ਸੋਸ਼ਲ ਇਕਵੈਲਟੀ ਸੈਲਫ ਨੋਲਜ ਰੇਸ਼ਨਲਟੀ ਠੀਕ ਹੈ ਇਹਨਾਂ ਦੇ ਅਕੋਰਡਿੰਗ ਇਹਦੇ ਕੀ 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 ਜਿਹੜੇ ਨੇ ਪ੍ਰੋਬਲਮਸ ਨੇ ਫਿਲਾਸਫੀ ਦੇ ਤੇ ਸਪੈਸ਼ਲ ਫੋਕਸ ਤੇ ਇਹਨਾਂ ਦੇ ਆਧਾਰ ਤੇ ਠੀਕ ਹੈ ਇਹ ਤਿੰਨ ਚੈਪਟਰਾਂ ਦੇ ਵਿੱਚੋਂ ਤੁਸੀਂ ਕੋਈ ਦੋ ਚੈਪਟਰ ਆਪਣਾ ਯਾਰ ਕਰ ਸਕਦੇ ਹੋ ਤੇ ਇੱਕ ਜਿਹੜਾ ਮਰਜ਼ੀ ਤੁਸੀਂ ਛੱਡ ਸਕਦੇ ਹੋ ਬਟ ਜਿਹੜਾ ਚੈਪਟਰ ਛੱਡੋਗੇ ਉਹਦੇ ਸ਼ਾਰਟ ਕੁਐਸਚਨ ਜ਼ਰੂਰ ਰੀਡ ਕਰ ਲੈਣੇ ਉਸ ਤੋਂ ਬਾਅਦ ਆਊਗਾ ਤੁਹਾਡਾ ਯੂਨਿਟ 2 ਯੂਨਿਟ 2 ਦੇ ਵਿੱਚ ਵੀ ਤੁਹਾਡੇ ਤਿੰਨ ਚੈਪਟਰ ਨੇ ਤਿੰਨੇ ਦੇ ਵਿੱਚ ਤੁਸੀਂ ਦੋ ਚੈਪਟਰ ਕਰ ਸਕਦੇ ਹੋ ਦੋ ਚੈਪਟਰ ਜ਼ਿਆਦਾ ਈਜ਼ੀ ਲੱਗ ਇੱਕ ਤਾਂ ਨੇਚਰ ਆਫ ਆਰਟ ਐਂਡ ਅਸਥੈਟਿਕ ਐਕਸਪੀਰੀਅੰਸ ਇਹ ਵਾਲਾ ਈਜ਼ੀ ਹੈ ਤੁਸੀਂ ਇਹ ਕਰ ਸਕਦੇ ਹੋ ਠੀਕ ਹੈ ਤੇ ਇਹਦੇ ਵਿੱਚ ਤਾਂ ਸ਼ਾਰਟ ਦੇ ਵਿੱਚ ਜਾਣਗੇ ਹਾਂ ਹੋ ਸਕਦਾ ਤੁਹਾਨੂੰ 3-4 ਬ੍ਰਾਂਚਸ ਦੇ ਦੇਦਨ ਫਿਰ ਉਹਨਾਂ ਬਾਰੇ ਤੁਹਾਨੂੰ ਨੋਟ ਲਿਖਣਾ ਆ ਜਾਵੇ ਮਤਲਬ ਕਿ ਵੈਸੇ ਹੀ ਸ਼ਾਰਟ ਦੇ ਲਈ ਹੈ ਬਟ ਇਹਦੇ ਵਿੱਚੋਂ ਲੌਂਗ 'ਚ ਵੀ ਆ ਸਾਰਾ ਮਤਲਬ ਕਿ ਜੇ ਇਹ ਲੌਂਗ ਦੇ ਵਿੱਚ ਆਉਗਾ ਇਹਦੇ ਵਿੱਚ ਜਿਵੇਂ ਆ ਸਾਰੇ ਬ੍ਰਾਂਚਸ ਨੇ ਫਲਸਫੀ ਦੇ ਮੈਟਾਫਿਜ਼ਿਕਸ ਠੀਕ ਹੈ ਐਥਿਕਸ ਸੋਸ਼ਲ ਫਲਸਫੀ ਇਹ ਸਾਰੇ ਇਹਨਾਂ ਦੇ ਵਿੱਚੋਂ ਬ੍ਰਾਂਚਸ ਦੇ ਵਿੱਚੋਂ ਮਤਲਬ ਕਿ 2 ਜਾਂ 3 ਬ੍ਰਾਂਚਸ ਪੁੱਛ ਕੇ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਤੇ ਫਿਫਥ ਚੈਪਟਰ ਹੈਗਾ ਰਿਲੇਸ਼ਨ ਆਫ ਫਿਲਾਸਫੀ ਵਿਦ ਸਾਇੰਸ অর ਰਿਲੀਜਨ ਜਿਹੜਾ ਕਿ ਫਿਲਾਸਫੀ ਦਾ ਰਿਲੇਸ਼ਨ ਦੱਸਣਾ ਸਾਇੰਸ ਦੇ ਨਾਲ ਤੇ ਰਿਲੀਜਨ ਰਿਲੀਜਨ ਮਤਲਬ ਕਿ ਧਰਮ ਦੇ ਨਾਲ ਠੀਕ ਹੈ ਸਾਇੰਸ ਵਿਗਿਆਨ ਦੇ ਨਾਲ ਇੱਕ ਇਹ ਚੈਪਟਰ 5th ਔਰ 6th 4th ਇਹਨਾਂ ਤਿੰਨਾਂ ਚੈਪਟਰਾਂ ਚ ਤੁਸੀਂ ਕੋਈ ਤਿੰਨਾਂ ਚੈਪਟਰਾਂ ਚ ਤੁਸੀਂ ਕੋਈ ਦੋ ਚੈਪਟਰ ਕਰ ਸਕਦੇ ਹੋ ਠੀਕ ਹੈ ਮੈਂ ਜਿਹੜੇ ਕੁਐਸਚਨ ਦੱਸੂਗੀ ਮੈਂ ਤਿੰਨਾਂ ਚੈਪਟਰਾਂ ਚੋਂ ਦੱਸੂਗੀ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਹੜੇ ਚੈਪਟਰ ਦੇ ਕੁਐਸਚਨ ਛੱਡਨੇ ਨੇ ਠੀਕ ਹੈ ਹਾਂਜੀ ਉਸ ਤੋਂ ਬਾਅਦ 3 ਜਿਹੜਾ 3 ਜੁਨਿਟ ਆ 3 ਜੁਨਿਟ ਦੇ ਵਿੱਚੋਂ ਐਥਿਕਸ ਐਂਡ ਸੋਸ਼ਲ ਫਿਲਾਸਫੀ ਗੁੱਡ ਲਾਈਫ ਐਂਡ ਗੁੱਡ ਸੋਸਾਇਟੀ ਇਹ ਈਜ਼ੀ ਆ ਗੁੱਡ ਲਾਈਫ ਤੇ ਗੁੱਡ ਸੋਸਾਇਟੀ ਵੈਸੇ ਇਹਦਾ ਜਿਹੜਾ ਕਿ 3rd ਪਾਰਟ ਬਹੁਤ ਈਜ਼ੀ ਆ ਉਹ ਤੇ ਕੋ ਮੋਰੈਲਟੀ ਇਨ ਪਬਲਿਕ ਐਂਡ ਪ੍ਰਾਈਵੇਟ ਲਾਈਫ ਜਿਹੜੀ ਨੈਤਿਕਤਾ ਜਿਹੜੇ ਕਿ ਪਬਲਿਕ ਲਾਈਫ ਦੇ ਵਿੱਚ ਤੇ ਪ੍ਰਾਈਵੇਟ ਲਾਈਫ ਦੇ ਵਿੱਚ ਉਹਦਾ ਕੀ ਮਹੱਤਵ ਹੈ ਇਹ ਵਾਲਾ ਟੌਪਿਕ ਨੇ ਤੇ ਇੰਡੀਵਿਜੂਅਲ ਤੇ ਸੋਸਾਇਟੀ ਵਿਅਕਤੀ ਤੇ ਸਮਾਜ ਦੇ ਵਿੱਚ ਕੀ ਅੰਤਰ ਨੇ ਇਹ ਵਾਲੇ ਨੇ ਇਨਾਂ ਚੋਂ ਤੁਸੀਂ ਕੋਈ ਦੋ ਚੈਪਟਰ ਕਰ ਸਕਦੇ ਜਿਹੜੇ ਤੁਹਾਨੂੰ ਠੀਕ ਲੱਗਣ ਠੀਕ ਹੈ ਵੈਸੇ ਇਹ ਸਾਰੇ ਤਿੰਨੇ ਚੈਪਟਰ ਹੀ ਈਜ਼ੀ ਨੇ ਦੈਨ ਉਸ ਤੋਂ ਬਾਅਦ ਹੈ ਤੁਹਾਡਾ 4th ਯੂਨਿਟ 4th ਯੂਨਿਟ ਦੇ ਵਿੱਚੋਂ ਜਸਟਿਸ ਟੋਲਰੈਂਸ ਠੀਕ ਹੈ ਕਾਸਟ ਸਿਸਟਮ ਕਾਸਟ ਸਿਸਟਮ ਵਾਲਾ ਇਹ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚੋਂ ਅਕਸਰ ਜਿਹੜੇ ਕਿ ਹਰ ਇੱਕ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਹੋਇਆ ਠੀਕ ਹੈ ਕਾਸਟ ਸਿਸਟਮ ਇਨ ਇੰਡੀਆ ਜੋਤੀ ਫੁੱਲੇ ਗਾਂਧੀ ਤੇ ਮਹਾ ਡਾਕਟਰ ਬੀਰਾਂਬੇਦਕਰ ਇਹਨਾਂ ਨੇ ਕੀ ਵਿਚਾਰ ਦਿੱਤੇ ਨੇ ਠੀਕ ਹੈ ਇਹਦੇ ਬਾਰੇ ਕੁਐਸਚਨ ਤੇ ਇੱਕ ਤੁਸੀਂ ਜਸਟਿਸ ਕਰ ਸਕਦੇ ਨਾਲ ਜਾਂ ਟੋਲਰੈਂਸ ਕਰ ਸਕਦੇ ਹੋ ਤੋ ਇਹਦਾ ਤੁਹਾਡੇ ਜਿਹੜੇ ਕੀ ਸਿਲੇਬਸ ਦੀ ਡਿਸਕਸ਼ਨ ਹੋ ਗਈ ਤੇ ਤੁਸੀਂ ਕਿਹੜਾ ਚੈਪਟਰ ਛੱਡਣਾ ਕਿਹੜਾ ਕਰਨਾ ਤੇ ਆਪਣਾ ਪਾਸਿੰਗ ਫਾਰਮੂਲਾ ਹੋ ਗਿਆ ਹੁਣ ਆਪਾਂ ਦੇਖਦੇ ਆ ਕੁਐਸਚਨ ਆਨਸਰ ਸਟੂਡੈਂਟਸ ਜਿਹੜੇ ਆਪਾਂ ਕੁਐਸਚਨ ਦੱਸਾਂਗੇ ਇਹ ਪ੍ਰੀਵੀਅਸ ইয়ারズ ਕੁਐਸਚਨ ਪੇਪਰਾਂ ਦੇ ਵਿੱਚ ਆਏ ਹੋਏ ਨੇ ਆਪਾਂ ਨੇ ਸਾਰੇ ਕੁਐਸਚਨ ਕਰਾਂਗੇ ਪਤਾ ਜਿਵੇਂ ਪਾਰਟ ਯੂਨਿਟ 1 2 3 4th 4th ਦੇ ਵਿੱਚ ਇਹਨਾਂ ਸਾਰਿਆਂ ਚ ਤਿੰਨ ਤਿੰਨ ਚੈਪਟਰ ਨੇ ਆਪਾਂ ਤਿੰਨਾਂ ਤਿੰਨਾਂ ਚੈਪਟਰਾਂ ਚ ਜਿਹੜੇ ਪਹਿਲਾਂ ਪ੍ਰੀਵੀਅਸ ইয়ারズ ਦੇ ਵਿੱਚ ਕੁਐਸਚਨ ਆਏ ਹੋਣ ਆਪਾਂ ਨੇ ਸਾਰੇ ਇੱਥੇ ਤੁਹਾਡੇ ਨਾਲ ਸ਼ੋਅ ਕਰ ਰਹੇ ਹਾਂ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਉਹਨਾਂ ਦੇ ਵਿੱਚੋਂ ਦੋ ਚੈਪਟਰਾਂ ਦੇ ਕਰ ਰਹੇ ਹੋ ਜਾਂ ਸਾਰੇ ਕਰ ਲੈਣੇ ਨੇ ਠੀਕ ਹੈ ਮੈਂ ਪਹਿਲਾਂ ਹੀ ਕਹਿ ਰਹੀ ਹਾਂ ਕਿ ਤੁਸੀਂ ਫਿਰ ਕਿੰਨੀ ਵਾਰ ਕਮੈਂਟ ਕਰਦੇ ਨੂੰ ਕਿ ਤੁਸੀਂ ਸਾਰੇ ਹੀ ਕੁਐਸਚਨ ਦੱਸਦੇ ਮੈਂ ਸਾਰੇ ਕੁਐਸਚਨ ਤਾਂ ਦੱਸਦੀ ਨਹੀਂ ਕਿਉਂਕਿ ਹੋ ਸਕਦਾ ਜਿਹੜੇ ਯੂਨਿਟ ਯੂਨਿਟ 1 ਦੇ ਵਿੱਚ ਹੋਰ ਯੂਨਿਟ 2 ਦੇ ਵਿੱਚ ਮੈਂ ਤੁਹਾਨੂੰ ਕਹਿ ਰਣਾ ਕਿ ਫਸਟ ਚੈਪਟਰ ਕਰ ਲਓ ਜਾਂ ਸੈਕੰਡ ਕਰ ਲਓ ਤੁਸੀਂ ਫਸਟ ਨਾ ਕੀਤਾ ਹੋਵੇ ਤੁਸੀਂ ਫਸਟ ਸੈਕੰਡ ਥਰਡ ਦੇ ਵਿੱਚੋਂ ਲਾਸਟ ਟੂ ਵਰਕ ਕਰਕੇ ਹੋਣ ਯਾਦ ਠੀਕ ਹੈ ਮੈਂ ਤੁਹਾਨੂੰ ਕਹਿ ਰਣਾ ਪਹਿਲੇ ਟੂ ਕਰ ਲਓ ਤੁਹਾਡੇ ਵਿੱਚ ਕਨਫਿਊਜ਼ ਹੋਵੋਗੇ ਨਾ ਤਾਂ ਕਰਕੇ ਮੈਂ ਫਿਰ ਮੈਂ ਕੀ ਕਰਦੀ ਹਾਂ ਫਿਰ ਮੈਂ ਤੁਹਾਨੂੰ ਤਿੰਨਾਂ ਚੈਪਟਰਾਂ ਦੇ ਵਿੱਚੋਂ ਕੁਐਸਚਨ ਦੱਸ ਦਿੰਦੀ ਆ ਵੀ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕਿਹੜੇ ਚੈਪਟਰ ਦੇ ਕੁਐਸਚਨ ਕਰਨੇ ਨੇ ਸੈਕੰਡ ਔਰ ਥਰਡ ਦੇ ਕਰਨੇ ਨੇ ਜਾਂ ਫਸਟ ਔਰ ਸੈਕੰਡ ਦੇ ਕਰਨੇ ਨੇ ਠੀਕ ਹੈ ਹਾਂਜੀ ਫਸਟ ਤੇ ਇਹ ਹੈ ਕਿ ਦਰਸ਼ਨ ਸ਼ਾਸਤਰ ਦੀ ਪ੍ਰਕਿਰਤੀ ਮਤਲਬ ਕਿ ਫਿਲਾਸਫੀ ਦੀ ਜਿਹੜੀ ਕਿ ਪ੍ਰਕਿਰਤੀ ਨੇਚਰ ਪ੍ਰਕਿਰਤੀ ਨੂੰ ਸਰੂਪ ਵੀ ਲਿਖ ਸਕਦੇ ਨੇ ਠੀਕ ਹੈ ਸਰੂਪ ਤੇ ਇਹਦਾ ਖੇਤਰ ਵੀ ਕਰਨਾ ਖੇਤਰ ਵਾਲਾ ਠੀਕ ਹੈ ਖੇਤਰ ਵੀ ਇਹਦਾ ਅੱਗੇ ਕੁਐਸਚਨ ਆਉਣਗੇ ਖੇਤਰ ਤੇ ਇਹਦੇ ਮੈਥਡਸ ਠੀਕ ਹੈ ਤਿੰਨੋਂ ਮਤਲਬ ਕਿ ਇਹ ਸਾਰਾ ਚੈਪਟਰ ਕਰ ਲੈਣਾ ਉਸ ਤੋਂ ਬਾਅਦ ਦਰਸ਼ਨ ਸ਼ਾਸਤਰ ਦੇ ਇੱਕ ਵਿਸ਼ੇ ਰੂਪ ਤੇ ਆਤਮ ਗਿਆਨ ਦੀ ਸਮੱਸਿਆ ਵਿਆਖਿਆ ਕਰੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਪ੍ਰੋਬਲਮਸ ਵਾਲਾ ਪੋਜੀਸ਼ਨ ਜਿਵੇਂ ਇਹਦੇ ਵਿੱਚ ਇਹਨਾਂ ਨੇ ਸੈਲਫ ਨੋਲਜ ਐਸ ਅ ਵਨ ਆਫ ਦਾ ਕਨਸਰਨ ਆਫ ਫਿਲਾਸਫੀ ਠੀਕ ਹੈ ਇਹਦੇ ਨਾਲ ਪੁੱਛ ਲੈ ਰਹੇ ਸਮੱਸਿਆਵਾਂ ਤੇ ਅੱਗੇ ਹੈ ਦਰਸ਼ਨ ਸ਼ਾਸਤਰ ਦੀ ਵਿਧੀ ਠੀਕ ਹੈ ਮੈਥਡਸ ਵਰ ਡੂ ਯੂ ਅੰਡਰਸਟੈਂਡ ਬਾਈ ਦਾ ਮੈਥਡ ਆਫ ਫਿਲਾਸਫੀ ਫਿਲਾਸਫੀ ਦੇ ਕਿਹੜੇ ਕਿਹੜੇ ਮੈਥਡ ਨੇ ਇਹਨਾਂ ਦੇ ਵਿੱਚੋਂ ਇਹਨਾਂ ਨੇ ਚਿਨਾਤਮਕ ਢੰਗ ਵਾਲੇ ਪੁੱਛ ਲੈ ਠੀਕ ਹੈ ਕ੍ਰਿਟੀਕਲ ਤੇ ਰਿਫਲੈਕਟਿਵ ਮੈਥਡਸ ਪੁੱਛ ਲਏ ਤੁਹਾਨੂੰ ਇਹ 3rd ਚੈਪਟਰ ਦੇ ਵਿੱਚੋਂ ਠੀਕ ਹੈ ਕੁਐਸਚਨ ਨੇ 3rd ਚੈਪਟਰ ਦੇ ਵਿੱਚੋਂ ਇਹ 2nd ਚੈਪਟਰ ਦੇ ਵਿੱਚੋਂ ਸੀ ਉਹ 1st ਦੇ ਵਿੱਚੋਂ ਸੀ ਸੋ ਹਰ ਚੈਪਟਰ ਦੇ ਵਿੱਚੋਂ ਮੈਂ ਕੁਐਸਚਨ ਪਾਇਆ ਠੀਕ ਹੈ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਮੈਂ ਬਾਰ ਬਾਰ ਕਹਿ ਰਿਹਾ ਵੀ ਤੁਸੀਂ ਪਹਿਲੇ ਦੋ ਚੈਪਟਰ ਕਰਨੇ ਨੇ ਜਾਂ ਲਾਸਟ ਟੂ ਕਰਨੇ ਨੇ ਠੀਕ ਹੈ ਯੂਨਿਟ ਦੇ ਵਿੱਚੋਂ ਉਸ ਤੋਂ ਬਾਅਦ ਹੈਗਾਗੇ ਇਹ ਫਿਰ ਤੋਂ 1st ਚੈਪਟਰ ਚ ਆ ਗਿਆ ਡਿਸਕਸ ਨੇਚਰ ਐਂਡ ਸਕੋਪ ਆਫ ਫਿਲਾਸਫੀ ਫਿਲਾਸਫੀ ਦਾ ਜਿਹੜੇ ਕੀ ਸਰੂਪ ਪ੍ਰਕਿਰਤੀ ਤੇ ਖੇਤਰ ਖੇਤਰ ਨੂੰ ਦਾਇਰਾ ਵੀ ਕਹਿੰਦੇ ਨੇ ਤੇ ਸਟੇਟ ਆਫ ਮੈਥਡਸ ਆਫ ਫਿਲਾਸਫੀ ਫਿਲਾਸਫੀ ਦੇ ਅਥ ਮੈਥਡਸ ਪੁੱਛ ਲਏ تھے ਅਲੱਗ-ਅਲੱਗ ਨਹੀਂ ਪੁੱਛੇ ਉੱਤੇ ਤਾਂ ਜਿਵੇਂ ਅਲੱਗ-ਅਲੱਗ ਐ ਕੇ ਪੁੱਛ ਰਿਹਾ ਇੱਥੇ ਇਹਨਾਂ ਨੇ ਇਕੱਠੇ ਪੁੱਛ ਲਏ ਹੁਣ ਇਕੱਠਿਆਂ ਦੇ ਵਿੱਚ ਵੀ ਤੁਸੀਂ ਦੋਨਾਂ ਦੇ ਬਾਰੇ ਦੱਸਣਾ ਹੋਊਗਾ ਕ੍ਰਿਟੀਕਲ ਤੇ ਰਿਫਲੈਕਟਿਵ ਨੈਕਸਟ ਹੈਗਾ ਤਰਕਸ਼ੀਲਤਾ ਤੇ ਸਵੈ ਗਿਆਨ ਵਿਚਾਰ ਅੰਤਰ ਹਾਂਜੀ ਇਹ ਸੈਕੰਡ ਚੈਪਟਰ ਦੇ ਵਿੱਚੋਂ ਪੁੱਛ ਲਿਆ ਠੀਕ ਹੈ ਰਿਲੇਸ਼ਨ ਬਿਟਵੀਨ ਰੈਸ਼ਨੈਲਿਟੀ ਐਂਡ ਸੈਲਫਨਾਲਸ ਐਜ਼ ਅ ਕਨਸਰਨ ਆਫ ਫਿਲਾਸਫੀ ਤੇ ਸੈਵਨਥ ਹੈ ਡਿਸਕਸ ਦਾ ਮੇਨ ਪ੍ਰੋਬਲਮਸ ਆਫ ਫਿਲਾਸ ਠੀਕ ਵਿਦ ਅ ਸਪੈਸ਼ਲ ਫੋਕਸ ਔਨ ਸੋਸ਼ਲ ਇਕੁਐਲਿਟੀ ਸੋਸ਼ਲ ਇਕੁਐਲਿਟੀ ਨੂੰ ਲੈ ਕੇ ਕਿਹੜੇ ਕਿਹੜੇ ਪ੍ਰੋਬਲਮਸ ਨੇ ਇਹਦੇ ਅਕੋਰਡਿੰਗ ਪੁੱਛ ਲਿਆ ਇਹ ਸੈਕੰਡ ਚੈਪਟਰ ਚੋਂ ਸੋ ਇਹ ਸੀ ਜਿਹੜੇ ਪਹਿਲਾਂ ਪ੍ਰੀਵੀਅਸ ਇਅਰ ਦੇ ਕੁਐਸਚਨ ਪੇਪਰਾਂ ਦੇ ਵਿੱਚ ਆਏ ਹੋਏ ਨੇ ਕੁਐਸਚਨਸ ਇਹ ਯੂਨਿਟ 1 ਦੇ ਵਿੱਚੋਂ ਹੁਣ ਆਪਾਂ ਯੂਨਿਟ 2 ਦੇ ਵਿੱਚੋਂ ਦੇਖਦੇ ਆ ਸੈਕੰਡ ਦੇ ਵਿੱਚੋਂ ਵੀ ਜਿਹੜੇ ਤੁਹਾਡੇ ਤਿੰਨ ਚੈਪਟਰ ਬੰਦੇ ਨੇ 4th 5th 6th ਮੈਂ ਤਿੰਨਾ ਚੈਪਟਰਾਂ ਚੋਂ ਕੁਐਸਚਨ ਦੱਸਦੇ ਨੇ ਤੁਹਾਡੇ ਦੇ ਡਿਪੈਂਡ ਕਰਦਾ ਕਿ ਤੁਸੀਂ 1st 4th 5th ਵਾਲੇ ਕਰਨੇ ਨੇ ਜਾਂ 5th 6th ਵਾਲੇ ਕਰਨੇ ਨੇ ਠੀਕ ਹੈ ਹਾਂ ਇਸ ਦੇ ਵਿੱਚ ਹੈ ਯੂਨਿਟ ਪਾਰਟ ਆਫ 20 ਮਤਲਬ ਕਿ ਯੂਨਿਟ 2 ਸਮਾਜਿਕ ਦਰਸ਼ਨ ਦੇ ਵਿਸ਼ੇ ਤੇ ਮੁੱਦਿਆਂ ਤੇ ਚਰਚਾ ਕਰਨੀ ਆ ਹਾਂਜੀ ਕਨਸਰਨ ਆਫ ਇਸ਼ੂਜ਼ ਆਫ ਸੋਸ਼ਲ ਫਲਸਫੀ ਸੋਸ਼ਲ ਫਲਸਫੀ ਦੇ ਕਿਹੜੇ ਕਿਹੜੇ ਵਿਸ਼ੇ ਨੇ ਕਿਹੜੇ ਕਿਹੜੇ ਮੁੱਦੇ ਨੇ ਉਹਨਾਂ ਦੇ ਜਿਹੜੇ ਕਿ ਚਰਚਾ ਕਰਨੀ ਆ ਅੱਗੇ ਹੈ ਸੈਕੰਡ ਔਰ 6th ਤੇ ਇਕੱਠਾ ਹੀ ਆ 6th ਵੀ ਇਹਦੇ ਵਿੱਚੋ ਹੀ ਆ ਸੋਜ ਅਨੁਭਵ ਦੀ ਪ੍ਰਕਿਰਤੀ ਨੇਚਰ ਆਫ ਅਸਥੈਟਿਕ ਠੀਕ ਹੈ ਐਕਸਪੀਰੀਅੰਸ ਐਮੀ ਜਿਹੜਾ ਕਿ ਆ ਸੈਕੰਡ ਆ ਸੋ ਉਹ ਦੇ ਤਜਰਬੇ ਦੀ ਪ੍ਰਕਿਰਤੀ ਸੂਝ ਦੇ ਤਜਰਬੇ ਦੀ ਪ੍ਰਕਿਰਤੀ ਐਸਥੈਟਿਕ ਐਕਸਪੀਰੀਅੰਸ ਠੀਕ ਹੈ ਇਹਦਾ ਨੇਚਰ ਅੱਗੇ ਹੈ 3 ਦੇ ਵਿੱਚ ਨੈਤਿਕਤਾ ਤੇ ਸੂਝ ਸ਼ਾਸਤਰ ਦੀ ਸ਼ੁਰੂਆਤੀ ਜਾਣਕਾਰੀ ਦਿਓ ਤੇ ਦੋਹਾਂ ਸਹੀ ਸਬੰਧਾ ਇਹਨਾਂ ਦੇ ਵਿੱਚ ਸਬੰਧ ਪੁੱਛ ਲੇ ਠੀਕ ਹੈ ਨੈਤਿਕਤਾ ਤੇ ਸੂਝ ਸ਼ਾਸਤਰ ਐਨ ਇੰਟਰੋਡਕਟ ਅਕਾਊਂਟ ਆਫ ਐਥਿਕਸ ਐਂਡ ਐਸਥੈਟਿਕਸ ਹਾਊ ਦੇ ਆਰ ਲਿਟਰਡ ਇੱਕ ਦੂਜੇ ਨਾਲ ਕਿਵੇਂ ਸੰਬੰਧਿਤ ਨੇ ਜਾਂ ਇੱਕ ਦੂਜੇ ਦੇ ਵਿੱਚ ਕੀ ਅੰਤਰ ਹੈ ਇਹਨਾਂ ਦੇ ਵਿੱਚ ਤੇ ਅਗਲਾ ਪੁੱਛ ਲਿਆ ਆਰਟ ਵਾਲੇ ਚ ਜਿਹੜਾ ਲਾਸਟ ਚੈਪਟਰ ਸੀ ਠੀਕ ਹੈ ਨੇਚਰ ਆਫ ਆਰਟ ਆਰਟ ਦਾ ਨੇਚਰ ਕੀ ਹੈ ਠੀਕ ਹੈ ਪ੍ਰਕਿਰਤੀ ਕੀ ਹੈ ਕਲਾ ਦੀ ਤੇ ਵਟ డు ਯੂ ਅੰਡਰਸਟੈਂਡ ਬਾਈ ਦਾ ਆਰਟ ਐਕਸਪੀਰੀਅੰਸ ਤਾਂ ਤੁਸੀਂ ਆਰਟ ਐਕਸਪੀਰੀਅੰਸ ਤੋਂ ਕੀ ਜਾਣਦੇ ਹੋ ਕਲਾ ਤਜਰਬਾ ਤੁਸੀਂ ਕੀ ਸਮਝਦੇ ਹੋ ਤੇ ਫਿਲਾਸਫੀ ਦੇ ਵੱਖ-ਵੱਖ ਜਿਹੜੇ ਕਿ ਸ਼ਖਾਵਾਂ ਬ੍ਰੈਂਚਸ ਆਫ ਫਿਲਾਸਫੀ ਫਿਲਾਸਫੀ ਦੇ ਬ੍ਰੈਂਚਸ ਤੇ ਅੱਗੇ ਫਿਰ ਤੋਂ ਆ 6th ਵਾਲਾ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਸੀ ਕਿ ਨੇਚਰ ਆਫ ਐਸਥੈਟਿਕ ਐਕਸਪੀਰੀਅੰਸ ਸੋਜਨ ਭਾਵ ਵਾਲਾ ਇਹ ਸੈਕੰਡ ਵਾਲੇ ਜੁ ਹੈ ਠੀਕ ਹੈ ਨੈਕਸਟ ਹੈ ਅੱਗੇ 7th ਕੁਐਸਚਨ ਆ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਕਲਾ ਤੇ ਸੋਜਨ ਭਾਵ ਮਤਲਬ ਕਿ ਇਸੇ ਕੁਐਸਚਨ ਨੂੰ ਘੁਮਾ-ਘੁਮਾ ਕੇ ਪ ਇੱਥੇ ਵੀ ਹੋਈ ਸੀ ਇੱਥੇ ਵੀ ਹੋਈ ਦਾ ਮਤਲਬ ਕਿ ਇੱਕ ਕੋਸ਼ਣ ਨੇ ਕਿੰਬਰ-ਕਿੰਬਰ ਕੇ ਪਾਇਵੋ ਤੁਹਾਡੇ ਤੇ ਡਿਪੈਂਡ ਕਰਦਾ ਸਨ ਕਿਵੇਂ ਸਮਝ ਰਹੋ ਅੱਗੇ ਹੈ ਮੈਟਾਫਿਜ਼ਿਕਸ ਵਾਲਾ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਕਿ ਇਹ 4th ਚੈਪਟਰ ਦੇ ਵਿੱਚੋਂ ਅੱਗੇ-ਅਗੇ ਟਰਮਜ਼ ਦਿੱਤੀਆਂ ਹੋਈਆਂ ਨੇ ਠੀਕ ਹੈ ਟਰਮਜ਼ ਦੇ ਵਿੱਚੋਂ ਵੀ ਕੋਸ਼ਣ ਪੁੱਛ ਸਕਦੇ ਨੇ ਜਿਵੇਂ ਇੱਥੇ ਇਹਨਾਂ ਨੇ ਕੋਸ਼ਣ ਬਣਾ ਕੇ ਪੁੱਛ ਲਿਆ ਮੈਟਾਫਿਜ਼ਿਕਸ ਦੀ ਪ੍ਰਕਿਰਤੀ ਤੇ ਦਰਸ਼ਨ ਦੇ ਅਨੁਸ਼ਾਸਨ ਬੱਜੋ ਇਸ ਦੇ ਚਿੰਤਾਵਾਂ ਬਾਰੇ ਵੀ ਸਾਰ ਦੇ ਵਿੱਚ ਜਾਂ ਵਰਣਨ ਕਰਨਾ ਠੀਕ ਹੈ ਇੰਗਲਿਸ਼ 'ਚ ਵੀ ਤੁਸੀਂ ਦੇਖ ਸਕਦੇ ਹੋ ਨੈਕਸਟ ਹੈ ਅੱਗੇ ਰਿਲੇਸ਼ਨ ਆਫ ਫਿਲਾਸਫੀ ਵਿਦ ਦਾ ਸਾਇੰਸ ਐਂ ਹਾਂਜੀ ਇਹ ਜਿਹੜਾ ਤੁਹਾਡਾ 6th ਚੈਪਟਰ ਹੈ 6th ਚੈਪਟਰ ਦੇ ਵਿੱਚੋਂ ਫਿਲਾਸਫੀ ਦਾ ਸਬੰਧ ਦੱਸਣਾ ਸਾਇੰਸ ਤੇ ਵਿਗਿਆਨ ਤੇ ਧਰਮ ਦੇ ਨਾਲ ਰਿਲੀਜੀਅਨ ਦੇ ਨਾਲ ਠੀਕ ਹੈ ਤੇ ਕਲਾ ਤੁਸੀਂ ਕੀ ਸਮਝਦੇ ਹੋ 4th ਇਹ ਦਰਸ਼ਨ ਨਾਲ ਕਿਵੇਂ ਸੰਬੰਧਿਤ ਹੈ ਆਰਟ ਵਾਲੇ ਚੈਪਟਰ ਚੋਂ ਆ ਗਿਆ ਇਹ ਆਰਟ ਵਾਲੇ ਚੈਪਟਰ ਚੋਂ ਤੇ ਗਿਆਨ ਵਿਗਿਆਨ ਵਿਸ਼ਾ ਨਾਲ ਸੰਬੰਧਿਤ ਦਰਸ਼ਨ ਸ਼ਾਸਤਰੀ ਇੱਕ ਸ਼ਾਖਾ ਵਜੋਂ ਚਰਚਾ ਕਰਨੀ ਆ ਸੋ ਇਹ ਸੀ ਤੁਹਾਡੇ B ਚੈਪਟਰ ਦੇ ਵਿੱਚੋਂ ਕੁਐਸਚਨਸ ਠੀਕ ਹੈ ਹਾਂਜੀ ਤੇ ਅਗਰ ਤੁਹਾਨੂੰ ਸਟੂਡੈਂਟਸ ਵੀਡੀਓ ਦੀ ਕੁਆਲਿਟੀ ਥੋੜੀ ਘੱਟ ਲੱਗ ਰਹੀ ਹੁੰਦੀ ਹੈ ਤਾਂ ਤੁਸੀਂ ਜਦੋਂ ਵੀਡੀਓ ਚੱਲ ਰਹੀ ਹੁੰਦੀ ਹੈ ਨਾ ਤੁਹਾਡੇ YouTube ਤੇ ਰਾਈਟ ਸਾਈਡ ਤੇ 3 ਡਾਟਸ ਹੁੰਦੇ ਨੇ 3 ਡਾਟਸ ਨੂੰ ਕਲਿੱਕ ਕਰਕੇ ਤੁਸੀਂ ਆਪਣੀ ਵੀਡੀਓ ਦੀ ਕੁਆਲਿਟੀ ਇਨਕਰੀਜ਼ ਕਰ ਸਕਦੇ ਹੋ। ਅੱਗੇ ਹੁਣ ਪਾਰਟ ਸੀ ਦੇ ਵਿੱਚ ਪਾਰਟ ਸੀ ਦੇ ਵਿੱਚ ਤੁਹਾਡੇ ਕੁਐਸਚਨ ਹੈਗੇ ਚੈਪਟਰ ਹੈਗੇ ਸੀ 7th 8th ਔਰ 9 ਵਾਲੇ ਠੀਕ ਹੈ ਇਹਦੇ ਵਿੱਚੋਂ ਕਿਹੜੇ ਕਿਹੜੇ ਕੁਐਸਚਨਸ ਬਣਦੇ ਨੇ ਮੈਂ ਤਿੰਨਾਂ ਚੈਪਟਰਾਂ ਦੇ ਕੁਐਸਚਨ ਦੱਸ ਰਿਹਾ ਹਾਂ ਤੁਹਾਡੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਦੋ ਚੈਪਟਰ ਦੇ ਕਰਦੇ ਨੇ। ਹਾਂਜੀ ਚੰਗੀ ਜ਼ਿੰਦਗੀ ਦੇ ਸੰਕਲ ਗੁੱਡ ਲਾਈਫ ਦਾ ਕੀ ਕਨਸੈਪਟ ਆ ਠੀਕ ਹੈ ਤੇ ਇਹੀ ਕੁਐਸਚਨ ਗੁੱਡ ਲਾਈਫ ਵਾਲਾ ਹੀ 5ਵਾਂ ਨੰਬਰ ਤੇ ਵੀ ਹੈ ਚੰਗੇ ਜੀਵਨ ਤੇ ਚੰਗੇ ਸਮਾਜ ਬਾਰੇ ਵਰਣਨ ਕਰਨਾ ਠੀਕ ਹੈ じゃ ਇਹਨਾਂ ਦੇ ਵਿੱਚ ਸਬੰਧ ਕੀ ਹੈ ਠੀਕ ਹੈ ਜਿਵੇਂ ਮਰਜ਼ੀ ਕੁਐਸਚਨ ਆ ਜਾਵੇ ਤੇ ਇੱਕ ਚੰਗੀ ਜ਼ਿੰਦਗੀ ਦੀ ਧਾਰਨਾ ਦੀ ਵਿਆਖਿਆ ਕਰੋ ਕੀ ਤੁਹਾਨੂੰ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਤੀਯੋਗੀ ਹੈ ਠੀਕ ਹੈ ਜੇਕਰ ਹੈ ਹੈ ਤਾਂ ਕਾਰਨ ਦੱਸੋ ਮਤਲਬ ਕਿ ਇਹ ਫਰਸਟ ਜਿਹੜਾ ਗੁੱਡ ਲਾਈਫ ਵਾਲੇ ਕੁਐਸਚਨ ਨੂੰ ਹੀ ਘੁਮਾਰਖਿਆ ਠੀਕ ਹੈ ਤੇ ਹੁਣ ਆਪਾਂ ਦੇਖਦੇ ਆ ਸੈਕਿੰਡ ਉਸ ਤੋਂ ਅਗਲਾ ਚੈਪਟਰ ਸੀ ਜਿਹੜਾ ਯੂਨਿਟ ਦੇ ਵਿੱਚੋਂ ਸੀ ਦੇ ਵਿੱਚੋਂ ਹਾਂਜੀ ਯੂਨਿਟ ਸੀ ਮਤਲਬ ਕਿ ਤੁਹਾਡਾ ਹੈਗਾ ਥਰਡ ਯੂਨਿਟ ਓਕੇ ਹਾਂਜੀ ਨੈਤਿਕ ਕਦਰਾਂ ਕੀਮਤਾਂ ਰੋਸ਼ਨ ਦੇ ਵਿੱਚ ਵਿਅਕਤੀ ਤੇ ਸਮਾਜ ਵਿੱਚ ਆਪਸੀ ਮੇਲਜੋਲ ਵਿਅਕਤੀ ਤੇ ਸਮਾਜ ਦੇ ਵਿੱਚ ਕੀ ਰੋਲ ਹੈ ਠੀਕ ਹੈ ਕੀ ਆਪਸੀ ਮੇਲਜੋਲ ਹੈ ਕੀ ਇਹਨਾਂ ਦੇ ਵਿੱਚ ਇੱਕ ਦੂਜੇ ਚ ਰਿਲੇਸ਼ਨ ਹੈ ਇੰਟਰੋਲੇਸ਼ਨ ਬਿਟਵੀਨ ਇੰਡੀਵਿਜੂਅਲ ਐਂਡ ਸੋਸਾਇਟੀ ਠੀਕ ਹੈ ਇੰਡੀਵਿਜੂਅਲ ਤੇ ਸੋਸਾਇਟੀ ਦੇ ਵਿੱਚ ਕੀ ਅੰਤਰ ਹੈ ਵਿਅਕਤੀ ਤੇ ਸਮਾਜ ਦੇ ਵਿੱਚ ਕੀ ਅੰਤਰ ਹੈ ਜਾਂ ਕੀ ਇਹਨਾਂ ਦੇ ਵਿੱਚ ਸਬੰਧ ਨੇ ਠੀਕ ਹੈ ਅੱਗੇ ਹੈ ਪ੍ਰਾਈਵੇਟ ਲਾਈਫ ਔਰ ਸੋਸ਼ਲ ਪ੍ਰਾਈਵੇਟ ਔਰ ਪਬਲਿਕ ਲਾਈਫ ਦੇ ਵਿੱਚ ਨੈਤਿਕਤਾ ਦੀ ਕੀ ਮਹੱਤਤਾ ਸੀ ਇਹ ਵਾਲਾ ਚੈਪਟਰ ਦੇਖਿਆ ਸੀ ਜਿਹੜਾ ਆਪਾਂ ਨੇ ਹਾਂਜੀ ਇਸ ਦੇ ਵਿੱਚ ਹੈ ਨਿੱਜੀ ਜ਼ਿੰਦਗੀ ਵਿੱਚ ਨੈਤਿਕਤਾ ਬਾਰੇ ਵਿਚਾਰਵਾਦ ਸਨ ਇਹਦੇ ਵਿੱਚ ਇਹਨਾਂ ਨੇ ਕੁਐਸਚਨ ਪੁੱਛਿਆ ਹੋਇਆ ਹੈ ਪ੍ਰਾਈਵੇਟ ਲਾਈਫ ਬਾਰੇ ਠੀਕ ਹੈ ਪ੍ਰਾਈਵੇਟ ਲਾਈਫ ਔਰ ਪਬਲਿਕ ਲਾਈਫ ਦੋਨਾਂ ਦੇ ਵਿੱਚ ਪੁੱਛ ਸਕਦੇ ਨੇ ਕਿ ਨੈਤਿਕਤਾ ਦੀ ਕੀ ਮਹੱਤਤਾ ਨੈਤਿਕਾ ਮਤਲਬ ਕੀ ਮੋਰੈਲਟੀ ਉਸ ਤੋਂ ਹੈ 4th ਨੰਬਰ ਦੇ ਕੁਐਸਚਨ ਆ ਸਮਾਜਿਕ ਅਨੁਵੰਸ ਦਾਤ ਨੇ ਸਮੂਹ ਸੰਨ ਸਿਧਾਂਤ ਦਾ ਪੱਖ ਰੱਖਣ ਵਾਲੇ ਵਿਅਕਤੀ ਅਤੇ ਸਮਾਜ ਦੇ ਸਬੰਧਾਂ ਦੇ ਹੁਣ ਇੱਥੇ ਵੀ ਕੁਐਸਚਨ ਦੇਖੋ ਕਿ ਮਿਲ ਜਾ ਆ ਕੇ ਬਸ ਸਿਰਫ ਕੁਐਸਚਨ ਕੀ ਹੈ ਕਿ ਵਿਅਕਤੀ ਦੇ ਸਮਾਜ ਦੇ ਵਿੱਚ ਸਬੰਧ ਸਨਨ ਬਸ ਠੀਕ ਹੈ ਮਤਲਬ ਕਿ ਕੁਐਸਚਨ ਨੂੰ ਕੇਵਲ ਵੈਸੇ ਘੁਮਾ ਦਿੰਦੇ ਨੇ ਰਿਲੇਸ਼ਨਸ਼ਿਪ ਬੀਨਡ ਇੰਡੀਵਿਜੂਅਲ ਐਂਡ ਸੋਸਾਇਟੀ ਦੇ ਵਿੱਚ ਠੀਕ ਹੈ ਅਗਿਆ ਚੰਗੇ ਜੀਵਨ ਤੇ ਚੰਗੇ ਸਮਾਜ ਦਾ ਵਰਣਨ ਕਰਨਾ ਗੁੱਡ ਲਾਈਫ ਐਂਡ ਗੁੱਡ ਸੋਸਾਇਟੀ ਹਾਂਜੀ ਹੁਣ ਯੂਨਿਟ ਨੰਬਰ ਅੱਗੇ ਹੈ ਆਪਣਾ 4th 4th ਯੂਨਿਟ ਦੇ ਵਿੱਚੋਂ ਜਿਹੜੇ ਤਿੰਨ ਚੈਪਟਰ ਸੀ ਉਹਨਾਂ ਦੇ ਵਿੱਚੋਂ ਕੁਐਸਚਨ ਹਾਂਜੀ ਨਿਆਂ ਦੀ ਧਾਰਨਾ ਜਾਂ ਨਿਆਂ ਦਾ ਸੰਕਲਪ ਕੀ ਹੈ ਇਹਦਾ ਨੋਟ ਲਿਖਣਾ ਠੀਕ ਹੈ ਐਨਾਲਿਟিক্যাল ਨੋਟ ਔਨ ਦਾ ਕਨਸੈਪਟ ਆਫ ਜਸਟਿਸ ਜਸਟਿਸ ਤੇ ਤੇ ਜਾਤੀ ਪ੍ਰਤੀ ਜਾਤੀ ਪ੍ਰਣਾਲੀ ਦੇ ਸੁਧਾਰ ਵਿੱਚ ਜੋਤੀਬਾ ਫੂਲੇ ਦੇ ਕੀ ਯੋਗਦਾਨ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਜੋਤੀਬਾ ਫੂਲੇ ਡਾਕਟਰ ਬੀ ਆਰ ਅੰਬੇਦਕਰ ਤੇ ਮਹਾਤਮਾ ગાંધી ਤਿੰਨਾਂ ਬਾਰੇ ਕੁਐਸਚਨ ਆਏ ਹੋਏ ਨੇ ਦੇਖੋ ਇੱਥੇ ਦੋ ਬਾਰੇ ਪੁੱਛਿਆ ਡਾਕਟਰ ਬੀ ਆਰ ਅੰਬੇਦਕਰ ਤੇ ਜੋਤੀਬਾ ਫੂਲੇ ਬਾਰੇ ਤੇ ਮਹਾਤਮਾ ગાંધી ਦਾ ਵੀ ਪੁੱਛਿਆ ਤੇ ਅੱਗੇ ਹੈ ਇਹਦੇ ਵਿੱਚੋਂ ਇਹ ਕੁਐਸ਼ਨ ਹੋਗੇ ਤੇ ਦੈਨ ਹੈ ਨਿਆਂ ਤੇ ਸਮਾਨਤਾ ਦਾ ਧਾਰਨਾ ਪੁੱਛ ਲਈ ਕਨਸੈਪਟ ਪੁੱਛ ਲਿਆ ਜਸਟਿਸ ਦਾ ਔਰ ਜਸਟਿਸ ਨਿਆਂ ਹੋ ਗਿਆ ਤੇ ਸਮਾਨਤਾ ਹੋ ਗਿਆ ਜਿਹੜੇ ਕਿ ਇਕੁਐਲਿਟੀ ਇਹਨਾਂ ਦੋਨਾਂ ਦਾ ਕਨਸੈਪਟ ਪੁੱਛਿਆ ਜਾ ਸਕਦਾ ਤੇ ਨਿਆਂ ਇੱਕ ਗੁਣ ਹੈ ਜਸਟਿਸ ਇਸ ਦੇ ਵਰਚੁਅਲਸ ਕਮੈਂਟ ਠੀਕਾ ਜਾਂ ਸਮਾਨਤਾ ਦਾ ਸੰਕਲਪ ਸੋ ਇਹ ਸੀ ਤੁਹਾਡੇ ਜਿਹੜੇ ਕਿ ਕੁਐਸ਼ਨਸ ਯੂਨਿਟ 1 2 3 ਐਂਡ 4 ਠੀਕ ਹੈ ਮੈਂ ਤੁਹਾਨੂੰ ਸਾਰੇ ਕੁਐਸਚਨ ਦੱਸਣੇ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਹੜੇ ਕਿਹੜੇ ਛੱਡਨੇ ਮੈਂ ਤੁਹਾਨੂੰ ਪਾਸਿੰਗ ਫਾਰਮੂਲਾ ਵੀ ਦੱਸਦਾ ਵੀਡੀਓ ਨੂੰ ਚੰਗੇ ਤਰੀਕੇ ਨਾਲ ਸੁਣੋ ਫਿਰ ਤੁਹਾਨੂੰ ਸਾਰਾ ਸਮਝ ਲੱਗ ਜਾਣਾ ਠੀਕ ਹੈ ਥੈਂਕਸ